ਮਾਫਾ ਇਮਾਮ ਆਜ਼ਮ ਅਬੂ ਹਨੀਫਾ ਰਹਿਮਤੁਲਲਾਹ ਅਲੈ ਇਮਾਮ ਅਬੂ ਯੂਸਫ ਫਰਮਾਨੇ ਜਦੋਂ ਅਸੀਂ ਗੁਸਲ ਦੇਣ ਵਾਸਤੇ ਵੇਖਿਆ ਨਾ ਐਂ ਚਿਹਰੇ ਤੋਂ ਲਾਇਆ ਕਪੜਾ ਤੇ ਮੱਥੇ ਤੇ ਲਿਖਿਆ ਸੀ ਯਾ ਅਯਤੁ ਅਨਫਸੁਲ ਮੁਤਮਈਨਾ ਅਰਜੀ ਇਲਾ ਰੱਬਿਕਿ ਰਾਦੀਅਤਨ ਮਰਜ਼ੀਆ ਮੈਂ ਕਿਹਾ ਕੁਰਾਨ ਤਾਂ ਇਹਨਾਂ ਪੜਿਆ ਤੂੰ ਕੁਰਾਨ ਪੜਿਆ ਤੇਰਾ ਚਿਹਰਾ ਹੀ ਨਹੀਂ ਵੇਖਣ ਦਿੱਤਾ ਇਮਾਮ ਹਜ਼ਰਤ ਇਮਾਮ ਅਬੂ ਯੂਸਫ ਕਹਿੰਦੇ ਜਦੋਂ ਐਂ ਹੱਥ ਲੰਮਾ ਕੀਤਾ ਨਾ ਦਾਇਆ ਤੇ ਲਿਖਿਆ ਸੀ ਇਨਾ ਅਲਾ ਨੁਦੀ ਅਜਰਾ ਮਨ ਅਹਸਨ ਅਮਲਾ ਹਾਂ ਬਾਇਆ ਖੋਲਿਆ ਕਿ ਜਨਾਬ ਉਸੇ ਹੋਰ ਐਤ ਲਿਖੀ ਹੋਈ ਸੀ ਤੇ ਜਦੋਂ ਸੀਨਾ ਖੋਲਿਆ ਕਮੀਜ਼ ਉਤਾਰੀ ਬਈ ਹੁਸਨ ਦੇਈਏ ਤੇ ਲਿਖਿਆ ਸੀ ਯੁਬਸ਼ਿਰਹੁਮ ਰੱਬਹੁਮ ਬਿਰਹਮਤਿਨ ਮਿਨਹੁ ਵਰਿਦਵਾਨਿਨ ਵਜੰਨਾਤਿਨ ਲਹੁਮ ਫੀਹਾ ਨਈਮੁਨ ਮੁਕੀਮ ਖਾਲਿਦੀਨ ਫੀਹਾ ਅਬਦਾ ਇਨਲਾਹ ਇੰਦਹੁ ਅਜਰੁਨ ਅਜ਼ੀਮ ਕੁਰਾਨ ਤਾਂ ਇਹਨਾਂ ਪੜਿਆ ਤੇ ਅਦਬ ਕਿਤਨਾ ਸੀ 11 ਇਮਾਮ ਸਾਹਿਬ ਜਦੋਂ ਹਜ ਤੇ ਗਏ ਤੇ ਮਦੀਨਾ ਮੁਨਵਰਾ 11ਵੇਂ ਦਿਨ ਪੂਛ ਕੀਤਾ ਲੋਕ ਆ ਗਏ ਉਹਨਾਂ ਕਿਹਾ ਹਜ਼ੂਰ ਅਜੀ ਤੇ ਅਸੀਂ ਮਸਲੇ ਬੜੇ ਪੁੱਛਣੇ ਆਪਨੇ ਫਰਮਾਇਆ ਮੇਰੀ ਤਬੀ ਮਜਬੂਰੀ ਮੈਂ ਹਦੂਦ ਮਦੀਨਾ ਚ ਰਹਿ ਨਹੀਂ ਸਕਦਾ ਐ ਇਮਾਮ ਆਜ਼ਮ ਅਬੂ ਹਨੀਫਾ ਉਹਨਾਂ ਕਿਹਾ ਜਨਾਬ ਕੀ ਤਬੀ ਮਜਬੂਰੀ ਫਰਮਾਇਆ 11 ਦਿਨ ਹੋ ਗਏ ਮੈਂ ਹਦੂਦ ਮਦੀਨਾ ਚ ਪਿਸ਼ਾਬ ਨਹੀਂ ਕੀਤਾ ਔਰ ਹਜ਼ਰਤ ਖਾਜਾ ਮੁਹੰਮਦ ਸਈਦ ਰਹਿਮਤੁਲਲਾਹ ਅਲੈ ਇਮਾਮ ਰੱਬਾਨੀ ਦੇ ਸਾਹਿਬਜ਼ਾਦੇ ਫਰਮਾਨੇ ਨੇ ਅਵਲੀਨ ਵ ਆਖਰੀਨ ਕਿਆਮਤ ਵਾਲੇ ਦਿਨ ਜਮ੍ਹਾਂ ਹੋਣਗੇ ਤੇ ਉੱਥੇ ਐਲਾਨ ਹੋਵੇ ਬਈ ਇਹ ਸਭ ਤੋਂ ਵੱਡਾ ਆਲਮ ਮੈਦਾਨ ਏ ਮਾਸ਼ਰ ਖੜਾ ਹੋ ਜਾਏ ਤੇ ਆਪ ਫਰਮਾਨੇ ਨੇ ਇਮਾਮ ਆਜ਼ਮ ਅਬੂ ਹਨੀਫਾ ਖੜੇ ਹੋ ਜਾਣਗੇ ਸੁਭਾਨ ਅੱਲਾਹ ਸੁਭਾਨ ਅੱਲਾਹ ਅਸੀਂ ਉਹਨਾਂ ਨੂੰ ਮੰਨਣਾ